HM Films, a complete film production house. We promote your business on cinema screen, television, FM radio, newspaper, and social media. We take your brand to your audience. Call HM Films 9881-91277. I am Dr. Mohammad Jameel Bali. Jang tha de sare darshakan da aur watan wal ka da aaj main sare darshakan nu sehat sambandhi te jehda log kaam kar rahe ne unna sambandhi gal karange sab to pehla assi sehat de bare gal karange aaj da daur jehda chal reha virus de utte corona virus covid-19 te chal reha covid-19 char mahine ho gaye sade desh de vich aaye ohde de layi lokan nu bahut sariyan ਮੁਸੀਬਤਾਂ ਵੀ ਸਾਹਮਣਾ ਕਰਨਾ ਪਿਆ ਮੁਸ਼ਕਲਾਂ ਦਾ ਅਤੇ ਇਸ ਵਾਇਰਸ ਦੇ ਨਾਲ ਲੋਕਾਂ ਨੂੰ ਇਕਨੋਮਿਕਲੀ ਬਹੁਤ ਮੁਸ਼ਕਲਾਂ ਆਈਆਂ ਲੋਕਾਂ ਨੇ ਇੱਥੋਂ ਪਲੈਨ ਕੀਤਾ ਬਾਕੀ ਸਟੇਟ ਦੇ ਵਿੱਚ ਵੀ ਗਏ ਅਤੇ ਅਸੀਂ ਆਪਣੇ ਦੇਸ਼ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾਣਾ ਔਰ ਇਸ ਇਸ ਵਾਇਰਸ ਤੋਂ ਅਸੀਂ ਕਿਸ ਤਰ੍ਹਾਂ ਬਚਣਾ ਕਿਸ ਤਰ੍ਹਾਂ ਅਸੀਂ ਇਹਤਿਆਤ ਰੱਖਣਾ ਸਭ ਤੋਂ ਪਹਿਲਾਂ ਤਾਂ ਸਾਨੂੰ ਮਾਸਕ ਬਹੁਤ ਜ਼ਰੂਰੀ ਹੈ ਮਾਸਕ ਲਾ ਕੇ ਜਾਣਾ ਜਦੋਂ ਵੀ ਅਸੀਂ ਬਾਹਰ ਜਾਣਾ ਅਤੇ ਜਦੋਂ ਵੀ ਅਸੀਂ ਘਰ ਤੋਂ ਬਾਹਰ ਜਾਂਦੇ ਹਾਂ ਜਾਂ ਘਰ ਆਉਂਦੇ ਹਾਂ ਤਾਂ ਹੱਥ ਜ਼ਰੂਰ ਧੋਣੇ ਹਾਂ ਹੱਥ 20 ਸੈਕਿੰਡ ਲਈ ਧੋਤੇ ਜਾਣ ਅਤੇ ਮਾਸਕ ਜ਼ਰੂਰ ਲਾ ਕੇ ਜਾਣ ਜਦੋਂ ਘਰ ਆਉਣਾ ਆਪਣੇ ਜੁੱਤੀਆਂ ਜਾਂ ਕੱਪੜੇ ਜਿਹੜੇ ਹੈਗੇ ਨੇ ਉਹ ਜਾਂ ਬਾਹਰ ਹੀ ਰੱਖੇ ਜਾਣ ਤਾਂ ਜ਼ਿਆਦਾ ਵਧੀਆ ਕਿਉਂਕਿ ਅਸੀਂ ਜਦੋਂ ਜ਼ਿਆਦਾ ਕਰੋੜੀ ਜਗ੍ਹਾ ਜਾਂਦੇ ਹਾਂ ਜਾਂ ਜਿੱਥੇ ਜ਼ਿਆਦਾ ਲੋਕ ਹੁੰਦੇ ਨੇ ਉੱਥੋਂ ਕੋਈ ਨਾ ਕੋਈ ਇੱਦਾਂ ਦਾ ਵਾਇਰਸ ਦੇ ਨਾਲ ਇਫੈਕਟ ਹੋ ਸਕਦਾ ਅਤੇ ਸਾਡੇ ਦੇਸ਼ ਦੇ ਵਿੱਚ ਖਾਸ ਤੌਰ ਪੰਜਾਬ ਗੌਰਮੈਂਟ ਨੇ ਕਾਫੀ ਉਪਰਾਲੇ ਕੀਤੇ ਸਾਡੀ ਐਡਮਿਨਿਸਟ੍ਰੇਸ਼ਨ ਜਾਂ ਸਾਡੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਆ ਉਹਨੇ ਬਹੁਤ ਸਾਰਾ ਕੰਮ ਕੀਤਾ ਲੋਕਾਂ ਨੂੰ ਸਮਝਾਇਆ ਅਤੇ ਲੋਕਾਂ ਤੱਕ ਐਨ ਜੀ ਓ ਨੇ ਬੜਾ ਕੰਮ ਕੀਤਾ ਐਨ ਜੀ ਓ ਖਾਣਾ ਵੀ ਦਿੱਤਾ ਲੋਕਾਂ ਦੀ ਹੈਲਪ ਵੀ ਕੀਤੀ ਅਤੇ ਲੋਕ ਪਰ ਜਿਹੜੇ ਲੋਕ ਕੰਮ ਕਰ ਰਹੇ ਰੋਜ਼ ਦੀ ਰੋਜ਼ਮਰਾ ਜ਼ਿੰਦਗੀ 'ਤੇ ਕੰਮ ਕਰਦੇ ਨੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਮੈਂ ਪੰਜਾਬ ਸਰਕਾਰ ਨੂੰ ਇਹੀ ਬੇਨਤੀ ਕਰਾਂਗਾ ਕਿ ਅਸੀਂ ਕਿਸ ਤਰੀਕੇ ਨਾਲ ਆਪਣੇ ਜਿਹੜੇ ਲੋਕ ਦੋਸਤ ਦੇ ਹੈਗੇ ਨੇ ਜਿਨ੍ਹਾਂ ਦੇ ਰੋਜ਼ ਦੀ ਮਜ਼ਦੂਰੀ ਕਰਦੇ ਨੇ ਉਹ ਕਿਸ ਤਰੀਕੇ ਨਾਲ ਅੱਗੇ ਆਉਣ ਜਾਂ ਉਹਨਾਂ ਦੀ ਅਸੀਂ ਕਿਸ ਤਰੀਕੇ ਨਾਲ ਮਦਦ ਕਰ ਸਕੀਏ ਪੰਜਾਬ ਸਰਕਾਰ ਨੂੰ ਸਾਡੇ ਹੁਸ਼ਿਆਰਪੁਰ ਦੇ ਮੰਤਰੀ ਸ਼੍ਰੀ ਚੰਦਰ ਸ਼ਾਹ ਅਰੋੜਾ ਜੀ ਉਹਨਾਂ ਨੂੰ ਵੀ ਮੈਂ ਅਪੀਲ ਕਰਾਂਗਾ ਕਿ ਉਹ ਵੈਸੇ ਤਾਂ ਉਹਨਾਂ ਨੇ ਬਹੁਤ ਸਾਰੇ ਕੰਮ ਕੀਤੇ ਨੇ ਹੁਣੇ ਉਹਨਾਂ ਨੇ ਈ ਰਿਕਸ਼ਾ ਲੇਡੀਜ਼ ਲਈ ਦਿੱਤੇ ਨੇ ਉਹ ਬਹੁਤ ਹੀ ਵਧੀਆ ਕੰਮ ਹੈ ਜਿਹਦੇ ਵਿੱਚ ਲੇਡੀਜ਼ ਜਿਹੜੀਆਂ ਕੰਮ ਨਹੀਂ ਕਰ ਸਕਦੀਆਂ ਜਾਂ ਜਿਹੜੀਆਂ ਵਿਡੋ ਸੀਗੀਆਂ ਅਤੇ ਜਿਨ੍ਹਾਂ ਦੇ ਕੋਲ ਕੋਈ ਕੰਮ ਕਰਨ ਦਾ ਸਾਧਨ ਨਹੀਂ ਸੀਗਾ ਉਹਨਾਂ ਨੇ ਆਪਣਾ ਸਾਧਨ ਸ਼ੁਰੂ ਕੀਤਾ ਅਤੇ ਮੈਂ ਇੱਕ ਹੋਰ ਅਪੀਲ ਕਰਾਂਗਾ ਕਿ ਜਿਸ ਤਰੀਕੇ ਨਾਲ ਹੁਣ ਲੋਕ ਬਾਹਰ ਆ ਕੇ ਐਨ ਜੀ ਓ ਨੇ ਜਾਂ ਬਹੁਤ ਸਾਰੀਆਂ ਔਰਗਨਾਈਜੇਸ਼ਨ ਨੇ ਜਾਂ ਪੋਲੀਟੀਕਲ ਪਾਰਟੀਆਂ ਨੇ ਉਹ ਕਾਫੀ ਜ਼ਿਆਦਾ ਗਿਣਤੀ ਦੇ ਵਿੱਚ ਆ ਕੇ ਕਿਸੇ ਨਾ ਕਿਸੇ ਚੀਜ਼ ਦੇ ਅਗੇਂਸਟ ਪ੍ਰੋਟੈਸਟ ਕਰਦੇ ਹਾਂ ਜਦੋਂ ਕਿ ਜਿਸ ਤਰ੍ਹਾਂ ਦੇ ਦੌਰ ਚੱਲ ਰਿਹਾ ਅਸੀਂ ਆਪਣੇ ਆਪ ਨੂੰ ਬਚਾਉਣਾ ਕਿਸ ਤਰ੍ਹਾਂ ਅਸੀਂ ਇਕੱਠੇ ਨਹੀਂ ਹੋਣਾ ਪਰ ਲੋਕ ਇਸ ਚੀਜ਼ ਦੇ ਉੱਤੇ ਧਿਆਨ ਬਹੁਤ ਘੱਟਦੇ ਰਹਿਣ ਉਹ ਚਾਹੇ ਪੋਲੀਟੀਕਲ ਪਾਰਟੀ ਹੋਣ ਚਾਹੇ ਹੋਰ ਵੱਖ ਵੱਖ ਜਥੇਬੰਦੀਆਂ ਹੋਣ ਮੈਂ ਉਹਨਾਂ ਨੂੰ ਵੀ ਅਪੀਲ ਕਰਾਂਗਾ ਕਿ ਜੇ ਅਸੀਂ ਵਿਰੋਧ ਕਰਨਾ ਹੀ ਹਾਂ ਅਸੀਂ 5 ਬੰਦੇ ਵੀ ਉਨਾ ਹੀ ਵਿਰੋਧ ਕਰ ਸਕਦੇ ਹਾਂ ਅਸੀਂ 50 ਬੰਦੇ ਜਦੋਂ ਅਸੀਂ ਇੱਕ ਜਥੇਬੰਦੀ ਨਾਲ ਜੁੜੇ ਹੋਏ ਹਾਂ ਇਹ ਤਾਂ ਹਰ ਇੱਕ ਨੂੰ ਪਤਾ ਹੈ ਕਿ ਲੋਕ ਉਹਨਾਂ ਨਾਲ ਕਿੰਨੇ ਕੁ ਜੁੜੇ ਹੋਏ ਨੇ ਅਸੀਂ ਇਹ ਚੀਜ਼ ਸਾਬਤ ਕਰਨ ਦੀ ਕੋਸ਼ਿਸ਼ ਨਾ ਕਰੀਏ ਕਿ ਸਾਡੇ ਨਾਲ ਇੰਨੇ ਬੰਦੇ ਹੈਗੇ ਨੇ ਤਾਂ ਅਸੀਂ ਪ੍ਰੋਟੈਸਟ ਕਰਨਾ ਪ੍ਰੋਟੈਸਟ 5 ਬੰਦੇ ਵੀ ਕਰ ਸਕਦੇ ਨੇ ਉਹੀ ਉਹਨਾਂ ਨੇ ਜਿਹੜੇ 50 ਬੰਦੇ ਜੁੜੇ ਹੋਏ ਨੇ ਉਹ ਵੀ ਕਰਦੇ ਪਰ ਜੇ 5 ਬੰਦੇ ਹੀ ਕਰਨ ਤਾਂ ਇਹਦੇ ਨਾਲ ਵੀ ਅਸੀਂ ਇਸ ਬਿਮਾਰੀ ਤੋਂ ਕਾਫੀ ਦੂਰ ਰਹਿ ਸਕਦੇ ਹਾਂ ਇਸ ਚੀਜ਼ ਦਾ ਅਸੀਂ ਜੇ ਉਦਾਹਰਣ ਲਈਏ ਬਾਅਦ ਅਮੈਰੀਕਾ ਦੇ ਵਿੱਚ ਪ੍ਰੋਟੈਸਟ ਹੋਏ ਸੀਗੇ ਉਹਦੇ ਨਾਲ ਬਹੁਤ ਸਾਰੇ ਲੋਕ ਹੁਣ ਜ਼ਿਆਦਾ ਇਨਫੈਕਟਡ ਹੋਏ ਨੇ ਉਹ ਇਹੀ ਕਾਰਨ ਹੈ ਜਦੋਂ ਕਿ ਉੱਥੇ ਰੇਟ ਜਿਹੜੀ ਸੀਗੀ ਬਹੁਤ ਘੱਟ ਗਈ ਸੀ ਹੁਣ ਫਿਰ ਵੱਧ ਗਈ ਹੈ ਸੋ ਇਸ ਚੀਜ਼ ਨੂੰ ਅਸੀਂ ਦੇਖਦੇ ਹੋਏ ਅਸੀਂ ਵੀ ਆਪਣਾ ਪੰਜਾਬ ਸਰਕਾਰ ਅਤੇ ਸੈਂਟਰਲ ਜਿਹੜੀ ਗੌਰਮੈਂਟ ਆ ਉਹ ਇਹ ਚੀਜ਼ ਨੂੰ ਧਿਆਨ 'ਚ ਰੱਖੇ ਅਤੇ ਪ੍ਰੋਟੈਸਟ ਜੋ ਵੀ ਆਪਣਾ ਮੰਗ ਰੱਖਣੀ ਹੈ 4-5 ਬੰਦੇ ਜਾ ਕੇ ਆਪਣੀ ਮੰਗ ਰੱਖਣ 5 ਬੰਦਾ ਵੱਧ ਨਾ ਇਕੱਠੇ ਹੋਣ ਅਤੇ ਗੌਰਮੈਂਟ ਦਾ ਵੀ ਇਹੀ ਹੈਗਾ ਅਤੇ ਨਾਲ ਵਾਇਰਸ ਤੋਂ ਡਰਨ ਦੀ ਲੋੜ ਨਹੀਂ ਇਹ ਤੋਂ ਸਿਰਫ ਅਹਿਤਿਆਤ ਵਰਤਣ ਦੀ ਲੋੜ ਹੈ ਮੈਂ ਅਖੀਰ ਵਿੱਚ ਵੀ ਇਹੀ ਕਹਾਂਗਾ ਕਿ ਆਪਣੇ ਹੱਥ ਧੋਣੇ ਅਤੇ ਮੂੰਹ 'ਤੇ ਮਾਸਕ ਲਾਉਣਾ ਬਹੁਤ ਜ਼ਰੂਰੀ ਹੈ We take your brand to your audience. Call HM Films 9881-91277.